ਲੜਕੀਆਂ ਦੀ ਸ਼ਿਕਾਇਤ 'ਤੇ ਝੱਟ ਕਾਰਵਾਈ ਕਰ ਦਿੱਤੀ ਜਾਂਦੀ ਹੈ, ਪਰ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਲੜਕੇ ਦਾ ਕੋਈ ਕਸੂਰ ਹੈ ਜਾਂ ਫਿਰ ਨਹੀਂ। ਕੁਝ ਮਾਮਲਿਆਂ ਵਿੱਚ ਲੜਕੇ ਸਹੀ ਵੀ ਹੁੰਦੇ ਹਨ ਅਤੇ ਲੜਕੀਆਂ ਗਲਤ, ਪਰ ਪ੍ਰਸ਼ਾਸਨ ਵੱਲੋਂ ਲੜਕੀਆਂ ਦੀ ਜ਼ਿਆਦਾ ਮਦਦ ਕੀਤੀ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਵਿਖੇ, ਜਿੱਥੇ ਦੇ ਦਿਨੇਸ਼ ਨਾਮਕ ਲੜਕੇ ਵੱਲੋਂ ਦਿੱਤੀ ਗਈ ਕੰਪਲੇਂਟ 'ਤੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ 'ਤੇ ਦਿਨੇਸ਼ ਨੂੰ ਆਪਣੇ ਸਾਥੀਆਂ ਸਮੇਤ ਮਜੀਠਾ ਰੋਡ ਥਾਣੇ ਦੇ ਬਾਹਰ ਧਰਨਾ ਲਗਾਉਣਾ ਪੈ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਿਨੇਸ਼ ਨੇ ਦੱਸਿਆ ਕਿ ਉਸਦੀ ਪਤਨੀ ਅੰਸ਼ੂਮਾ ਉਸਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਦੀ ਸੀ, ਜਿਸ ਦੇ ਚੱਲਦਿਆਂ ਉਹ ਆਪਣੇ ਪੇਕੇ ਚਲੀ ਗਈ ਅਤੇ ਉਸਦੇ ਪਰਿਵਾਰ ਦੇ 10-12 ਲੜਕਿਆਂ ਨੇ ਆ ਕੇ ਉਸਦੇ ਘਰ 'ਤੇ ਹਮਲਾ ਕਰ ਦਿੱਤਾ ਅਤੇ ਉਸਦੀ ਮਾਂ ਦੀ ਗਲਤ ਫੋਟੋ ਵੀ ਫੇਸਬੁੱਕ 'ਤੇ ਅਪਲੋਡ ਕਰ ਦਿੱਤੀ, ਜਿਸ ਸੰਬੰਧੀ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਪਰ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਮੇਰਾ ਨਾਮ ਲੱਕੀ ਵੈਦ, ਮੈਂ ਜ਼ਿਲ੍ਹਾ ਪ੍ਰਧਾਨ ਜੀ ਭਗਵਾਨ ਵਾਲਮੀਕੀ ਸ਼ਕਤੀ ਸੈਨਾ ਦਾ, ਨਾਲ ਮੇਰੇ ਵੱਡੇ ਭਾਈ ਆ ਸਤਨਾਮ ਸਿੰਘ ਮੀਆਂ ਬੇਟੇ ਭਗਵਾਨ ਵਾਲਮੀ ਕ੍ਰਾਂਤੀ ਸੈਨਾ ਤੋਂ। ਮਸਲਾ ਆ ਜੀ, ਸਾਡਾ ਵਰਕਰ ਆ ਦਿਨੇਸ਼ ਕੁਮਾਰ, ਉਹਦੀ ਮੈਰਿਜ ਹੋਈ ਸੀ ਅਸ਼ਵਨੀ ਕੁਮਾਰ ਦੀ ਪੁੱਤਰੀ ਆਸ਼ਮਾ ਦੇ ਨਾਲ, ਉਸ ਤੋਂ ਬਾਅਦ ਗੀਤਾ ਜੀ ਘਰ ਆ ਕੇ ਪਏ ਆ। 400 ਜਿਹੜੀ ਦਰਖਾਸਤ ਸੀਗੀ ਉਹ ਪੁਲਿਸ ਨੇ ਕੁਰਦਬੋਦ ਕਰ ਦਿੱਤੀ ਹੈ। ਉਸ ਤੋਂ ਬਾਅਦ ਜਿਹੜੇ ਉਹਦੇ ਕਾਲ ਡਿਟੇਲ ਸੀਗੇ ਉਹ ਇਲੀਗਲ ਵੇ ਦੇ ਨਾਲ ਫੋਨ ਹੈਕ ਕੀਤਾ ਗਿਆ, ਉਹਦੀ ਕਾਲ ਡਿਟੇਲਸ ਕੱਢੀਆਂ ਗਈਆਂ। ਪੁਲਿਸ ਨੇ ਉਸ ਸੰਬੰਧ ਵੀ ਕੋਈ ਕਾਰਵਾਈ ਨਹੀਂ ਕੀਤੀ। ਉਸ ਤੋਂ ਬਾਅਦ ਉਹਦੀ ਮਦਰ ਦੀ ਜਿਹੜੀ ਹੈ ਫੋਟੋ ਐਡਿਟ ਕਰਕੇ ਜਿਹੜੀ ਉਹਨਾਂ ਨੇ ਫੇਸਬੁੱਕ 'ਤੇ ਪਾਤੀ ਹੈ, ਬਹੁਤ ਗੱਦੇ ਬੰਦੇ ਦੇ ਅਸ਼ਲੀਲ ਮੈਸੇਜ ਆ ਰਹੇ ਉਹ 'ਤੇ। ਟਿਲ ਦੀ ਡੇਟ ਉਹ ਹਜੇ ਵੀ ਜਿਹੜੀ ਹੈ ਨਾ ਉਹ ਫੇਸਬੁੱਕ 'ਤੇ ਪੋਸਟ ਪਈ ਹੋਈ ਆ, ਉਸ ਸੰਬੰਧ ਵੀ ਦਰਖਾਸਤ ਦਿੱਤੀ ਪੁਲਿਸ ਨੇ, ਉਸ 'ਤੇ ਵੀ ਕੋਈ ਕਾਰਵਾਈ ਕੀਤੀ। ਠੀਕ ਹੈ ਜੀ, ਲਗਾਤਾਰ ਹੀ ਸਿਲਸਿਲੇ ਜਾਰੀ ਆ ਰਿਹਾ। ਉਸ ਤੋਂ ਬਾਅਦ ਉਹਨੇ ਕੀ ਕੀਤਾ, ਝੂਠ ਆਪਣੇ ਮਿਸਯੂਜ਼ ਕਰਕੇ ਆਪਣੇ ਪੋਸਟ ਦਾ ਉਹਨੇ ਜੀ ਫੇਕ ਐਕਸੀਡੈਂਟ ਬਣਾ ਕੇ ਸਾਡੇ ਵਰਕਰ ਦੇ ਉੱਪਰ ਜਿਹੜਾ ਵਾ, ਇੱਕ ਮਿੰਟ ਯਾਰ, ਸਾਡੇ ਵਰਕਰ ਦੇ ਉੱਪਰ ਉਹਨੇ ਜਿਹੜਾ ਝੂਠਾ ਪਰਚਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ, ਉਸ ਸੰਬੰਧੀ ਵੀ ਇਹ ਦਰਖਾਸਤ ਦਿੱਤੀ ਆ, ਉਸ 'ਤੇ ਵੀ ਕੋਈ ਕਾਰਵਾਈ ਨਹੀਂ ਹੋਈ, ਜਿਸ ਕਰਕੇ ਅੱਜ ਮਜਬੂਰੀ ਕਰਕੇ ਅਸੀਂ ਧਰਨਾ ਪ੍ਰਦਰਸ਼ਨ ਕੀਤਾ ਵਾ। ਜੇ ਪ੍ਰਸ਼ਾਸਨ ਹੁਣ ਵੀ ਨਹੀਂ ਕੋਈ ਕਾਰਵਾਈ ਕਰਦਾ ਤਾਂ ਬਹੁਤ ਵੱਡੇ ਲੈਵਲ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ, ਭੰਡਾਰੀ ਪੁਲ ਜਾਪ ਕੀਤਾ ਜਾਏਗਾ, ਜਿਹੜੀ ਦੀ ਸਾਰੀ ਜ਼ਿੰਮੇਵਾਰੀ ਜਿਹੜਾ ਪੁਲਿਸ ਪ੍ਰਸ਼ਾਸਨ ਦੀ ਹੋਏਗੀ। ਜਿਹੜੇ ਆਰੋਪੀ ਨੇ ਜਿਹੜੇ, ਉਹਨਾਂ ਦੀ ਪੁਲਿਸ ਹੈਲਪ ਕਰ ਰਹੀ ਹੈ? ਪੁਲਿਸ ਬਾਈ ਨੈਚੁਰਲੀ ਦੇਖੋ ਹੈਲਪ ਕਰ ਰਹੀ ਹੈ, 6 ਮਹੀਨੇ ਤੋਂ ਇੱਕ ਵੀ ਦੋਸ਼ੀ ਨੂੰ ਪੁਲਿਸ ਨੇ ਕਾਲ ਤੱਕ ਨਹੀਂ ਕੀਤੀ, ਅਤੇ ਇਹ 'ਚ ਕਲੀਅਰ ਹੈਗਾ ਵਾ ਕਿ ਵੀ ਪੁਲਿਸ ਵਾਰੀ ਪ੍ਰੋਟੈਕਸ਼ਨ ਕਰ ਰਹੀ ਹੈ ਪੂਰੀ। ਅਸੀਂ ਕਰ ਰਹੇ ਹਾਂ ਕਿ ਵੀ ਦੋਸ਼ੀਆਂ ਦੇ ਇਮੀਡੀਏਟਲੀ ਪਰਚਾ ਦਰਜ ਕੀਤਾ ਜਾਵੇ, ਕਿਉਂਕਿ ਵਿਦ ਪ੍ਰੂਫ ਹਰ ਇੱਕ ਚੀਜ਼ ਸਾਡੇ ਕੋਲ ਪਈ ਹੈ ਕਿ ਇਹਦੀ ਮਦਰ ਨੂੰ ਉਹਦੀ ਪੋਸਟ ਪਈ ਹੋਈ ਹੈ ਫੇਸਬੁੱਕ 'ਤੇ, ਸਾਰਾ ਕੁਛ ਰਿਕਾਰਡ 'ਤੇ ਸਾਰੇ ਪ੍ਰੂਫ ਹੈਗੇ ਸਾਡੇ ਕੋਲ, ਫਿਰ ਵੀ ਪੁਲਿਸ ਪਤਾ ਨਹੀਂ ਕਿਉਂ ਨਹੀਂ ਪਰਚਾ ਦਰਜ ਕਰ ਰਹੀ। ਔਰ ਝੂਠਾ ਹੀ ਕਹਿ ਰਹੀ ਹੈ ਕਿ ਵੁਮਨ ਸੈੱਲ ਮਾਰਕ ਕਰਤੀ, ਵੁਮਨ ਸੈੱਲ ਕੋਈ ਮਾਰਕ ਨਹੀਂ ਹੋਈ। ਵੁਮਨ ਸੈੱਲ ਦੇ ਵਿੱਚ ਸਿਰਫ ਅਤੇ ਸਿਰਫ ਉਹਦੀ ਆਪਣੀ ਦਰਖਾਸਤ ਆ ਜਿਹੜੀ ਉਹਨੇ ਪਾਈ ਹੈ, ਕਿਉਂਕਿ ਸਿਰਫ ਉਹਦੀ ਇੱਕ ਦਰਖਾਸਤ ਹੀ ਹੈ ਜਿਹਦੇ ਕਰਕੇ ਪੁਲਿਸ ਨੂੰ ਦਿਨੇਸ਼ ਕੁਮਾਰ ਨੂੰ ਅਤੇ ਉਹਦੀ ਫੈਮਲੀ ਨੂੰ 6 ਮਿੰਟ ਤੋਂ ਹਰਾਸ ਕਰਦੀ ਪਈ ਹੈ, ਅਤੇ ਸਾਡੀ ਦਰਖਾਸਤਾਂ ਜਿਹੜੀਆਂ 6 ਮਹੀਨੇ ਤੋਂ ਪੈਂਡਿੰਗ ਪਈਆਂ ਵਾ। ਇਸ ਸੰਬੰਧ ਵਿੱਚ ਅਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਮਿਲੇ ਹਾਂ, ਸਿਰਫ ਅਤੇ ਸਿਰਫ ਸਾਨੂੰ ਆਸ਼ਵਾਸਨ ਦਿੱਤਾ ਜਾ ਰਿਹਾ ਸੀ, ਕਾਰਵਾਈ ਕੋਈ ਨਹੀਂ ਸੀ ਹੋਈ, ਇਸ ਕਰਕੇ ਅਸੀਂ ਜਿੰਨਾ ਚਿਰ ਪੁਲਿਸ ਸਾਨੂੰ ਪਰਚੇ ਦੀ ਕਾਪੀ ਨਹੀਂ ਦਿੰਦੀ ਉਹਨਾਂ ਚਿਰ ਚੱਲਦਾ ਰਹੇਗਾ। ਵਾਲਮੀਕੀ ਸ਼ਕਤੀ ਸੈਨਾ ਸਰ, ਮਸਲਾ ਸੀਗਾ ਜੀ ਸਾਡਾ ਵਰਕਰ ਆ ਦਿਨੇਸ਼ ਕੁਮਾਰ, ਉਹਦੀ ਮੈਰਿਜ ਹੋਈ ਸੀਗੀ 12 ਦਸੰਬਰ ਨੂੰ ਆਸ਼ੀਮਾ ਜਿਹੜੀ ਪੁੱਤਰੀ ਅਸ਼ਵਨੀ ਕੁਮਾਰ ਨਾਲ, ਵਿਆਹ ਕੁਛ ਸਮਾਂ ਬਾਅਦ ਉਹਨਾਂ ਨਾਲ ਆਪੇ ਝਗੜਾ ਹੋਇਆ ਸੀ ਮੀਆਂ ਬੀਬੀ ਦਾ। 10 ਤਰੀਕ ਨੂੰ 10 ਜਨਵਰੀ ਨੂੰ ਉਹਦਾ ਬ੍ਰਦਰ ਆਇਆ ਵਾ, ਮਦਰ ਆਪਣਾ ਨਾਲ ਚਾਚਾ ਸੀਗਾ, ਚਾਚੇ ਨਾਲ 10-15 ਜਿਹੜੇ ਹਥਿਆਰਬੰਦ ਲੋਕ ਸੀਗੇ ਉਹ ਆਏ, ਘਰ ਬੰਦ ਤੋੜ ਕੀਤੀ ਹੈ, ਉਸ ਉਹ ਜਿਹੜੀ ਆ ਗੱਡੀ ਸੀ ਹਥਿਆਰਾਂ ਲੈ ਸੀਗੀ ਉਹ ਫੜ ਲਈ ਸੀਗੀ ਪੁਲਿਸ ਨੇ, ਉਸ ਤੋਂ ਸੰਬੰਧੀ ਵੀ ਕੋਈ ਕਾਰਵਾਈ ਨਹੀਂ ਕੀਤੀ ਸੀਗੀ। ਉਸ ਤੋਂ ਬਾਅਦ ਉਹਨਾਂ ਨੇ ਕੀਤਾ ਜੀ, ਇਲੀਗਲ ਵੇ ਦੇ ਨਾਲ ਮੁੰਡੇ ਦਾ ਜੀਓ ਦਾ ਮੋਬਾਈਲ ਸੀਗਾ ਉਹ ਹੈਕ ਕਰ ਲਿਆ, ਕਾਲ ਡਿਟੇਲਸ ਕੱਢੀਆਂ ਆ ਰਹੀਆਂ ਜਿਹੜੀਆਂ ਵਟਸਐਪ 'ਤੇ ਉਹਨਾਂ ਨੇ ਉਹਦੇ ਕਲੀਗਸ ਨੂੰ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਉਸ ਤੋਂ ਬਾਅਦ ਉਹਨੇ ਉਹਦੀ ਮਦਰ ਜਿਹੜੀ ਹੈ ਦੇਸ਼ ਦੀ ਉਹਨਾਂ ਦੀ ਫੋਟੋ ਜਿਹੜੀ ਐਡਿਟ ਕਰਕੇ ਉਹ ਜਿਹੜੀ ਉਹ ਫੇਸਬੁੱਕ 'ਤੇ ਪੋਸਟ ਕਰ ਦਿੱਤੀ ਸੀਗੀ, ਟਿੱਲੀ ਡੇਟ ਵੀ ਉਹ ਫੇਸਬੁੱਕ 'ਤੇ ਹੀ ਆ, ਉੱਥੇ ਬਹੁਤ ਗੰਦੇ ਅਤੇ ਅਸ਼ਲੀਲ ਮੈਸੇਜਸ ਆ ਰਹੇ ਆ। ਠੀਕ ਹੈ ਜੀ, ਉਸ ਤੋਂ ਬਾਅਦ ਉਹਨੇ ਕੀ ਕੀਤਾ ਜੀ, ਆਪਣੇ ਗੁਰੂ ਨਾਨਕ ਹੋਸਪਿਟਲ ਦੇ ਵਿੱਚ ਹੀ ਉਹ ਮੁਲਾਜ਼ਮ ਹੈ, ਉਹਨੇ ਆਪਣੇ ਪੋਸਟ ਦਾ ਮਿਸਯੂਜ਼ ਕਰਕੇ ਜਿਹੜਾ ਝੂਠਾ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਉਸ ਸੰਬੰਧੀ ਵੀ ਦਰਖਾਸਤ ਦਿੱਤੀ ਗਈ ਸੀ। ਇਹਨਾਂ ਸਾਰੀਆਂ ਦਰਖਾਸਤਾਂ ਨੂੰ ਤਕਰੀਬਨ 5 ਤੋਂ 6 ਮਹੀਨੇ ਹੋ ਚੁੱਕੇ ਆ, ਉਸ ਸੰਬੰਧ ਵਿੱਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ, ਜਿਸ ਦੇ ਰੋਸ ਵਜੋਂ ਹੀ ਅੱਜ ਜਿਹੜਾ ਵਾ ਭਗਵਾਨ ਵਾਲਮੀਕੀ ਸ਼ਕਤੀ ਸੈਨਾ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਵਾ। ਇਹ ਥਾਣਾ ਮਜੀਠਾ ਰੋਡ ਆ ਜੀ। ਏ ਸੀ ਪੀ ਦਵਿੰਦਰ ਸਿੰਘ ਘੁੰਮਣ ਜੀ ਵੱਲੋਂ ਸਾਨੂੰ ਆਸ਼ਵਾਸਨ ਦਿੱਤਾ ਗਿਆ ਵਾ ਕਿ ਇਮੀਡੀਏਟਲੀ ਜਿਹੜੇ ਸਾਰੇ ਦੋਸ਼ੀ ਆ ਜਿਹੜੇ ਉਹਨਾਂ 'ਤੇ ਜਿਹੜੇ ਆ ਪਰਚਾ ਦਰਜ ਕੀਤਾ ਜਾਏਗਾ। ਉੱਧਰ ਦੂਜੇ ਪਾਸੇ ਪੁਲਿਸ ਦਾ ਇਸ ਸੰਬੰਧੀ ਕਹਿਣਾ ਹੈ ਕਿ ਦਿਨੇਸ਼ ਵੱਲੋਂ 2-3 ਵਾਰ ਪਹਿਲਾਂ ਵੀ ਕੰਪਲੇਂਟ ਆ ਚੁੱਕੀ ਹੈ, ਜਿਸ ਦੀ ਕਾਰਵਾਈ ਸਹੀ ਤਰੀਕੇ ਨਾਲ ਨਹੀਂ ਹੋ ਪਾਈ, ਪਰ ਹੁਣ ਪੁਲਿਸ ਜਲਦ ਤੋਂ ਜਲਦ ਕਾਰਵਾਈ ਕਰੇਗੀ ਅਤੇ ਜੋ ਵੀ ਦੋਸ਼ੀ ਹੋਇਆ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਦਿਨੇਸ਼ ਕੁਮਾਰ ਵੱਲੋਂ ਕੁਛ ਚਿਰ ਪਹਿਲਾਂ ਕੋਈ ਦਰਖਾਸਤ ਦਿੱਤੀ ਗਈ ਸੀ ਕਿ ਇਹਨਾਂ ਦਾ ਦਿਨੇਸ਼ ਕੁਮਾਰ ਅਤੇ ਇਹਦੀ ਮੈਰਿਜ ਹੋਈ ਸੀ, ਲੜਕੀ ਅਸ਼ਮੀਆ ਡਾਕਟਰ ਆ ਉਹ ਵੀ ਆਈ ਵੀ ਹੋਸਪਿਟਲ ਦੇ ਵਿੱਚ, ਇਹਨਾਂ ਦੀ ਕੋਈ ਦਸੰਬਰ ਦੇ ਵਿੱਚ ਮੈਰਿਜ ਹੋਈ ਸੀ ਅਤੇ ਇਹ ਲੜਕੀ ਦਾ ਭਰਾ ਅੰਕੁਸ਼ ਅਤੇ ਇੱਕ ਇਹਦਾ ਚਾਚਾ ਅੰਕੁਸ਼ ਆ, ਇਹਨਾਂ ਦੇ ਘਰ ਆਣ ਕੇ ਇਹਨਾਂ ਦੀ ਲੜਕੇ ਅਤੇ ਲੜਕੇ ਦੇ ਪਰਿਵਾਰ ਨੂੰ
ਉਹ ਫੇਸਬੁੱਕ 'ਤੇ ਪਾਈ ਸੀ ਉਹਦੇ ਰਿਗਾਰਡਿੰਗ ਵੀ ਇਹਨਾਂ ਦਰਖਾਸਤ ਦਿੱਤੀ ਸੀ ਉਹਦੇ ਵੀ ਦੇ ਵਿੱਚ ਕਾਰਵਾਈ ਕਰਨ ਦੇ ਵਿੱਚ ਜਿਹੜੀ ਅਜੇ ਤੱਕ ਮੁਕੰਮਲ ਕੋਈ ਕਾਰਵਾਈ ਕਿਸੇ ਪਾਸੇ ਨਹੀਂ ਲੱਗੀ ਉਹਦੇ ਰਿਗਾਰਡਿੰਗ ਇਹਨਾਂ ਨੇ ਅੱਜ ਰੋਸ ਪ੍ਰਦਰਸ਼ਨ 'ਤੇ ਧਰਨਾ ਲਗਾਇਆ। ਬਾਕੀ ਇਹਨਾਂ ਦੇ ਕੋਲ ਜਿਹੜੇ ਸਟੇਟਮੈਂਟ ਇਹਨਾਂ ਰਿਕਾਰਡ ਕੀਤੀਆਂ ਕੁਛ ਰਹਿੰਦੀਆਂ ਸੀ ਇਨਕੁਆਇਰੀ ਦੇ ਦੌਰਾਨ ਉਹ ਅੱਜ ਹੁਣੇ ਕਰਵਾ ਕੇ ਜੋ ਯੋਗ ਕਾਰਵਾਈ ਬਣਦੀ ਉਹ ਕਰਵਾਈ ਜਾਵੇ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ ਟੀਵੀ। ਹੁਣ ਵਧੀਆ HD ਕੁਆਲਿਟੀ ਦੇ ਦੇਸ਼ ਵਿਦੇਸ਼ ਬ੍ਰੌਡਕਾਸਟਿੰਗ ਲਈ ਲਾਈਵ ਬ੍ਰੌਡਕਾਸਟ ਲਈ ਅੱਜ ਹੀ ਕਾਲ ਕਰੋ ਹਰਦੀਪ ਸਿੰਘ ਧੱਗੜ ਨੂੰ 99 154 23 251।